ਪੰਜਵੀਂ ਕਹਾਣੀ ਸ਼ੈਤਾਨੇ ਦੇ ਜ਼ਰੀਏ ਯਿਸੂ ਦੀ ਪਰਖ। ਯਿਸੂ ਬਪਤਿਸਮਾ ਲੈਣੇ ਤੇ ਬਾਅਦ ਪਵਿੱਤਰ ਆਤਮਾ ਯਿਸੂ ਜੋ ਸੁਨਸਾਨ ਜਗ੍ਹਾ ਜੋ ਲਈ ਗਿਆ। ਇਸ ਜਗ੍ਹਾ 'ਚ ਯਿਸੂ 40 ਦਿਨ ਕਨੇ 40 ਰਾਤ ਰਿਹਾ। 40 ਦਿਨ ਰਾਤ ਯਿਸੂ ਨੇ ਕੁਛ ਨਹੀਂ ਖਾਧਾ, ਕਜੋ ਕਿ ਤਿੰਨੀ ਉਪਵਾਸ ਰੱਖਿਆ ਥਾ। ਤਾਲੂ ਸ਼ੈਤਾਨ ਯਿਸੂ ਦੀ ਪਰਖ ਕਰਨ ਆਇਆ। ਯਿਸੂ ਜੋ ਭੁੱਖ ਲੱਗੀ ਤਾਂ ਸ਼ੈਤਾਨੇ ਪਰਖਣੇ ਤਾਈਂ ਤਿਸ ਨੇ ਗਲਾਣਾ ਲੱਗਾ, ਜੇ ਤੂੰ ਪਰਮਾਤਮੇ ਦਾ ਪੁੱਤਰ ਹੈ ਤਾਂ ਗਲਾ ਕਿ ਇਹ ਪੱਥਰ ਰੋਟੀਆਂ ਬਣੀ ਜਾਣ ਤਾਂ ਜੇ ਤੂੰ ਖਾਈ ਸਕੇ। ਅਪਰ ਇਸਮੇ ਸ਼ੈਤਾਨੇ ਜੋ ਗਲਾਇਆ, ਪਵਿੱਤਰ ਸ਼ਾਸਤਰੇ 'ਚ ਪਰਮਾਤਮੇ ਦਾ ਬਚਨ ਗਲਾਉਂਦਾ ਹੈ, ਜਿੰਦਾ ਰਹਿਣੇ ਤਾਈਂ ਮਾਣੂਏ ਜੋ ਰੋਟੀਏ ਦੀ ਜ਼ਰੂਰਤ ਨਹੀਂ ਹੈ, ਅਪਰ ਹਰ ਇੱਕ ਬਚਨੇ ਤੇ ਜਿਹੜਾ ਪਰਮਾਤਮੇ ਦੇ ਮੂੰਹ ਤੇ ਨਿਕਲਦਾ ਹੈ, ਜੇ ਤਿਸ ਪਰ ਚਲਗਾ ਤਾਂ ਜਿੰਦਾ ਰਹੇਗਾ। ਤਾਲੂ ਸ਼ੈਤਾਨ ਇਸਮੇ ਜੋ ਮੰਦਰੇ ਜੋ ਲਈ ਗਿਆ, ਕਨੇ ਤਿਸੀ ਉਹ ਮੰਦਰੇ ਦੀ ਚੂੰਡੀ ਪਰ ਖਰੇੜੀ ਦਿੱਤਾ। ਕਨੇ ਤਿਸ ਨੇ ਗਲਾਣਾ ਲੱਗਾ, ਜੇ ਤੂੰ ਪਰਮਾਤਮੇ ਦਾ ਪੁੱਤਰ ਹੈ ਤਾਂ ਆਪੂ ਜੋ ਇੱਥੋਂ ਤੇ ਥੱਲੇ ਛਾਲ ਮਾਰੀ ਦੇ, ਕਜੋ ਕਿ ਪਵਿੱਤਰ ਸ਼ਾਸਤਰੇ 'ਚ ਪਰਮਾਤਮੇ ਦਾ ਬਚਨ ਗਲਾਉਂਦਾ ਹੈ, ਪਰਮਾਤਮਾ ਤੀਜੋ ਬਚਾਉਣੇ ਤਾਈਂ ਆਪਣੇ ਸਵਰਗਦੂਤਾਂ ਜੋ ਹੁਕਮ ਦੇਂਗਾ, ਕਨੇ ਤਿਨਾਂ ਤੀਜੋ ਹੱਥਾਂ ਪਰ ਚੁੱਕੀ ਲੈਣਾ ਹੈ। ਕਨੇ ਇਹਾਂ ਹੋਣਾ ਕਿ ਤੇਰੇ ਪੈਰਾਂ 'ਚ ਪੱਥਰੇ ਨੇ ਠੋਕਰ ਵੀ ਨਹੀਂ ਲੱਗਣੀ। ਅਪਰ ਯਿਸੂ ਤਿਸ ਨੇ ਗਲਾਉਣਾ ਲੱਗਾ, ਪਵਿੱਤਰ ਸ਼ਾਸਤਰੇ 'ਚ ਪਰਮਾਤਮੇ ਦਾ ਬਚਨ ਇਹ ਵੀ ਗਲਾਉਂਦਾ ਹੈ, ਤੂੰ ਪ੍ਰਭੂ ਆਪਣੇ ਪਰਮਾਤਮੇ ਜੋ ਮਤ ਪਰਖ। ਫਿਰ ਸ਼ੈਤਾਨ ਯਿਸੂ ਜੋ ਇੱਕ ਵੱਡੇ ਕਨੇ ਉੱਚੇ ਪਹਾੜੇ ਪਰ ਲਈ ਗਿਆ, ਕਨੇ ਸਾਰੇ ਸੰਸਾਰੇ ਦਾ ਰਾਜਪਾਠ ਕਨੇ ਤਿਸ ਦੀ ਧਨ ਦੌਲਤ ਦਾ ਰੁਤਬਾ ਦੱਸੀ ਕਰੀ। ਤਿਸ ਨੇ ਗਲਾਉਣਾ ਲੱਗਾ, ਜੇ ਤੂੰ ਝੁਕੀ ਨੇ ਮੇਰਾ ਆਦਰ ਕਨੇ ਮੇਰੀ ਭਗਤੀ ਕਰੇ ਤਾਂ ਮੈਂ ਇਹ ਸਭ ਕੁਛ ਤੀਜੋ ਦੇ ਦੇਂਗਾ। ਤਾਲੂ ਇਸਮੈਂ ਤਿਸ ਨੇ ਗਲਾਇਆ, ਹੇ ਸ਼ੈਤਾਨ ਦੂਰ ਹੋ ਜਾ, ਕਜੋ ਕਿ ਪਵਿੱਤਰ ਸ਼ਾਸਤਰੇ 'ਚ ਪਰਮਾਤਮੇ ਦਾ ਬਚਨ ਗਲਾਉਂਦਾ ਹੈ, ਤੂੰ ਪ੍ਰਭੂ ਆਪਣੇ ਪਰਮਾਤਮੇ ਜੋ ਝੁਕੀ ਕਰੀ ਆਦਰ ਕਰ, ਕਨੇ ਸਿਰਫ ਤਿਸ ਦੀ ਭਗਤੀ ਕਰ। ਯਿਸੂ ਸ਼ੈਤਾਨੇ ਦੇ ਲਾਲਚੇ 'ਚ ਨਹੀਂ ਆਇਆ, ਕਨੇ ਤਾਲੂ ਸ਼ੈਤਾਨ ਉੱਥੋਂ ਤੇ ਚਲੀ ਗਿਆ। ਫਿਰ ਸਵਰਗਦੂਤ ਆਈ ਨੇ ਤਿਸ ਦੀ ਸੇਵਾ ਕਰਨਾ ਲੱਗੇ।